ਸ਼੍ਰੀ ਕਾਲ ਜੀ ਤੁਸੀਂ ਪ੍ਰਾਈਮੇਰੀ ਸ਼ਾਹ ਟੈਲੀਵਿਜ਼ਨ ਦੇਖ ਰਹੇ ਹੋ ਦੋਸਤੋ ਮੈਂ ਹਰਵਰਨ ਸਿੰਘ ਟੈਣਾ ਤੇ ਹਰ ਰੋਸ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਬਾਰੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਲੰਘੇ ਕੱਲ ਵੀ ਪੰਜਾਬ ਦੇ ਵਿੱਚ ਬੇਹੱਦ ਧੁੰਦ ਪਈ ਹੈ ਥੋੜੀ ਥੋੜੀ ਧੁੱਪ ਨਿਕਲੀ ਆ ਪਰ ਉਹ ਕੋਈ ਇੰਨੀ ਚਮਕਦਾਰ ਨਹੀਂ ਸੀ ਵੀ ਭਾਈ ਲੰਮਾ ਸਮਾਂ ਨਿਕਲੀ ਹੋਵੇ ਜਾਂ ਲੋਕਾਂ ਨੂੰ ਬਹੁਤ ਵੱਡੀ ਰਾਹਤ ਦੇ ਕੇ ਗਈ ਹੋਵੇ ਪੰਜਾਬ ਦੇ ਵਿੱਚ ਧੁੰਦ ਲੋੜਿਆਂ ਦੀ ਪੈ ਰਹੀ ਹੈ ਤੇ ਹਾਲੇ ਇੱਕ ਹਫ਼ਤਾ ਲਗਾਤਾਰ ਧੁੰਦ ਤੇ ਕੋਰਾ ਇਸੇ ਤਰੀਕੇ ਨਾਲ ਅੱਗੇ ਤੋਂ ਅੱਗੇ ਤੋਂ ਅੱਗੇ ਵਧਦਾ ਜਾਣਾ ਇਹ ਮੌਸਮ ਵਿਭਾਗ ਪੰਜਾਬ ਦੇ ਵਿੱਚ ਬੇਨਤੀ ਸਾਡੀ ਫਿਰ ਇੱਕੋ ਹੀ ਆ ਵੀ ਭਾਈ ਜੇਕਰ ਤੁਸੀਂ ਬਾਹਰ ਨਿਕਲਦੇ ਕੰਮ ਕਾਜ ਤਾਂ ਸਭ ਨੇ ਕਰਨੀ ਕਰਨੇ ਆ ਪਰ ਆਪਦੇ ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਤੇ ਟੌਰ ਟੱਪੇ ਤੋਂ ਮੁਕਤ ਯਾਨੀ ਕਿ ਪੂਰਾ ਸਿਰ ਵੀ ਢੱਕ ਕੇ ਫਿਰ ਬਾਹਰ ਨਿਕਲੋ ਕਿਉਂਕਿ ਟੌਰ ਟੱਪੇ ਦੇ ਚੱਕਰ ਦੇ ਵਿੱਚ ਅਸੀਂ ਜਕੜੇ ਜਾਂਦੇ ਆ ਬਾਅਦ ਵਿੱਚ ਡਾਕਟਰਾਂ ਦੇ ਅਸੀਂ ਘਰ ਭਰਦੇ ਆ ਤੇ ਫਿਰ ਆਪ ਵੀ ਤਕਲੀਫ ਚਲਦੇ ਆ ਕਿਸੇ ਦੀ ਛਾਤੀ ਜਮ ਕਿਸੇ ਨੂੰ ਜ਼ੁਕਾਮ ਕਿਸੇ ਨੂੰ ਬੁਖਾਰ ਕਿਸੇ ਨੂੰ ਕੋਈ ਕਿਸੇ ਨੂੰ ਕੋਈ ਸਮੱਸਿਆ ਤੇ ਜਦੋਂ ਸੜਕ ਦੇ ਉੱਤੇ ਗੱਡੀ ਲੈ ਕੇ ਨਿਕਲਦੇ ਆ ਉਹਨੂੰ ਬਚਾ ਦੇ ਵਿੱਚ ਬਚਾ ਦੀ ਅਹਿਮੀਅਤ ਨੂੰ ਸਮਝ ਗਏ ਆਪਣੀ ਜ਼ਿੰਦਗੀ ਦੀ ਵੀ ਕਦਰ ਕਰ ਗਏ ਦੂਜੇ ਦੀ ਜ਼ਿੰਦਗੀ ਦੀ ਵੀ ਕਦਰ ਕਰ ਗਏ ਜਦੋਂ ਧੁੰਦ ਦੇ ਵਿੱਚ ਦਿਸਦਾ ਕੁਝ ਨਹੀਂ ਇਸ ਕਰਕੇ ਆਪਾਂ ਗੱਡੀ ਚਲਾਈਏ ਨਾ ਕਿ ਉਡਾਈਏ ਬਾਅਦ ਵਿੱਚ ਜਦੋਂ ਗੱਡੀ ਨਾਲ ਗੱਡੀ ਟਕਰਾ ਜਾਂਦੀ ਹੈ ਕਈ ਵਾਰ ਸੜਕ ਦੇ ਉੱਤੇ ਹੀ ਅਸੀਂ ਫਿਰ ਲੜਨ ਲੱਗ ਪੈਨੇ ਆ ਫਿਰ ਭਾਵੇਂ ਗਲਮਾ ਫੜੋ ਤੇ ਫਿਰ ਭਾਵੇਂ ਤੁਸੀਂ ਕਿਸੇ ਦੇ ਹੂਰਾ ਮਾਰੋ ਉਹਦੇ ਨਾਲ ਕੋਈ ਫਰਕ ਨਹੀਂ ਪਾ ਪਹਿਲਾਂ ਜੋ ਕੋਈ ਤੁਹਾਡੇ ਹੱਥ ਦੇ ਵਿੱਚ ਆ ਆਪਾਂ ਉਹਨੂੰ ਬਚਾ ਕੇ ਚੱਲ ਗਏ ਸੋ ਪੰਜਾਬ ਦੇ ਵਿੱਚ ਤੇ ਦੁਨੀਆ ਦੇ ਹਰ ਹਿੱਸੇ ਦੇ ਵਿੱਚ ਹਰ ਕੋਈ ਸਲਾਮਤ ਰਹੇ ਇਹਦੀ ਅਸੀਂ ਕਾਮਨਾ ਕਰਦੇ ਆਂ ਤੇ ਜਿਹੜੀ ਅਗਲੀ ਵੱਡੀ ਖਬਰ ਹੈ ਜਿਹੜੀ ਕਿ ਭਾਰਤ ਦੀ ਸਭ ਤੋਂ ਵੱਡੀ ਖਬਰ ਤੇ ਹੈਰਾਨੀਜਨਕ ਖਬਰ ਹੈ ਉਹ ਇਹ ਹੈ ਜੀ ਕਿ ਸਾਡੇ ਰਾਜਨੀਤਿਕ ਲੋਕ ਇੱਕ ਦੂਜੇ ਦੇ ਉੱਤੇ ਚੱਕੜ ਤਸੁੱਟਦੇ ਹੀ ਹੁੰਦੇ ਆ ਇੱਕ ਦੂਜੇ ਦੇ ਉੱਤੇ ਕਟਾਕਸ਼ ਤਾਂ ਕਰਦੇ ਹੀ ਹੁੰਦੇ ਆ ਇੱਕ ਦੂਜੇ ਦਾ ਮੌਜੂਦਾ ਉਡਾਉਂਦੇ ਹੀ ਹੁੰਦੇ ਆ ਇੱਕ ਦੂਜੇ ਦੇ ਉੱਤੇ ਸ਼ਬਦਕਵਾਰਤਾ ਕਰਦੇ ਹੀ ਹੁੰਦੇ ਆ ਪਰ ਆਹ ਕੁਝ ਕਿ ਸਾਨੂੰ ਜੀ ਸਾਡਾ ਨੇਤਾ ਸ਼੍ਰੀ ਰਾਮਚੰਦਰ ਜੀ ਵਰਗਾ ਲੱਗਦਾ ਸਾਡੇ ਨੇਤਾ ਤਾਂ ਭਗਵਾਨ ਕ੍ਰਿਸ਼ਨ ਜੀ ਦਾ ਅਵਤਾਰ ਨੇ ਤੇ ਫਿਰ ਵਿਰੋਧੀ ਹੈ ਇੱਕ ਦੂਜੇ ਦੇ ਉੱਤੇ ਕਟਾਕਸ਼ ਕਰਦੇ ਕਿ ਲੈ ਰਾਮਚੰਦਰ ਜੀ ਵਰਗੇ ਤੁਸੀਂ ਕਿਵੇਂ ਹੋ ਸਕਦੇ ਆ ਉਹ ਕਹਿੰਦੇ ਭਗਵਾਨ ਕ੍ਰਿਸ਼ਨ ਜੀ ਵਰਗੇ ਤੁਸੀਂ ਕਿਵੇਂ ਹੋ ਸਕਦੇ ਆ ਜਾਨੀ ਕਿ ਦੇਵੀ ਦੇਵਤਿਆਂ ਦੇ ਨਾਲ ਤੁਲਨਾ ਕਰਨ ਦੇ ਵਿੱਚ ਵਡਿਆਈ ਕਰਨ ਦੇ ਵਿੱਚ ਅੱਜ ਦੇ ਨੇਤਾ ਬਹਾਦਰੀ ਸਮਝਦੇ ਆ ਕੰਮ ਦੀ ਗੱਲ ਸਮਝਦੇ ਆ ਪਰ ਉਹ ਕਿੱਥੇ ਤੇ ਇਹ ਕਿੱਥੇ ਲੋਕਾਂ ਦੀਆਂ ਵੋਟਾਂ ਨਾਲ ਜਿਹੜੇ ਕਿ ਕਤਾਰਾਂ ਦੇ ਵਿੱਚ ਖੜਕੇ ਵੋਟਾਂ ਪਾਉਂਦੇ ਆ ਉਹਨਾਂ ਦੀਆਂ ਵੋਟਾਂ ਨਾਲ ਕਿਹਨੇ ਹੋਏ ਨੇਤਾ ਜਿਹੜੋ ਇਸ ਗੱਲ ਦਾ ਖਿਆਲ ਨਹੀਂ ਕਰਦੇ ਕਿ 1100 ਰੁਪਏ ਦਾ ਸਿਲੰਡਰ ਹੋ ਗਿਆ ਜਦੋਂ ਇਸ ਗੱਲ ਦਾ ਖਿਆਲ ਨਹੀਂ ਕਰਦੇ ਕਿ ਬੰਦੇ ਖਾਣੀਆਂ ਸੜਕਾਂ ਨੇ ਕਿੰਨੇ ਲੋਕ ਹੋਰ ਮਾਰ ਲਿੱਤੇ ਤੇ ਕਿੰਨੇ ਪਤਾ ਨਹੀਂ ਹਲੇ ਹੋਰ ਮਾਰਨੇ ਆ ਜਦੋਂ ਇਹ ਨਹੀਂ ਖਿਆਲ ਕਰਦੇ ਵੀ ਸਿਹਤ ਤੇ ਸਿੱਖਿਆ ਦੀਆਂ ਸੁਗੋਲਤਾ ਕੀ ਆ ਜਦੋਂ ਇਹ ਨਹੀਂ ਖਿਆਲ ਕਰਦੇ ਵੀ ਭਾਈ ਭਾਰਤ ਦੇ ਵਿੱਚ ਬੇਰਜ਼ਗਾਰੀ ਕਿੰਨੀ ਆ ਜਦੋਂ ਇਹ ਨਹੀਂ ਖਿਆਲ ਕਰਦੇ ਵੀ ਮਹਿੰਗਾਈ ਨੇ ਗਰੀਬ ਬੰਦੇ ਦਾ ਜਲੂਸ ਕਿਵੇਂ ਕੱਢਿਆ ਪਿਆ ਉਦੋਂ ਇਸ ਗੱਲ ਦਾ ਖਿਆਲ ਕਰਦੇ ਆ ਕਿ ਫਲਾਣਾ ਨੇਤਾ ਫਲਾਣੇ ਦੇ ਉੱਤੇ ਦਾਵਤਾਰ ਆ ਫਲਾਣਾ ਨੇਤਾ ਫਲਾਣੇ ਦੇ ਉੱਤੇ ਦਾਵਤਾਰ ਆ ਤੇ ਭਾਈ ਇਹਨਾਂ ਗੱਲਾਂ ਦੇ ਨਾਲ ਲੋਕਾਂ ਨੂੰ ਮਿਲਦਾ ਕੀ ਆ ਪੀਪੇ ਦੇ ਵਿੱਚ ਆਟਾ ਕਿਸੇ ਦੇ ਪੈਂਦਾ ਕਿ ਨਹੀਂ ਪੈਂਦਾ ਬਿਜਲੀ ਦਾ ਬਿੱਲ ਤਾਂ ਦਿੱਤਾ ਨਹੀਂ ਜਾਂਦਾ ਬੋਤਲ ਦਾ ਤੇਲ ਦੀ ਆਉਂਦੀ ਨਹੀਂ ਗਈ ਨਿਆਣੇ ਦੀ ਫੀਸ ਤਾਂ ਦਿੱਤੀ ਨਹੀਂ ਜਾਂਦੀ ਬਿਮਾਰ ਦਾ ਇਲਾਜ ਤਾਂ ਹੁੰਦਾ ਨਹੀਂਗਾ ਯਾਨੀ ਕਿ ਇਹੋ ਜੀਆਂ ਅਵਲੀਆਂ ਟਬਲੀਆਂ ਸਾਡੇ ਭਾਰਤ ਦੇ ਨੇਤਾ ਮਾਰਦੇ ਰਹਿੰਦੇ ਆ ਹੁਣ ਰਾਹੁਲ ਗਾਂਧੀ ਦੀ ਭਾਰਤ ਜੋੜ ਯਾਤਰਾ ਦੇ ਉੱਤੇ ਰੌਲਾ ਪੈ ਗਿਆ ਇੱਕ ਨੇਤਾ ਨੇ ਕਾਂਗਰਸ ਦੇ ਨੇਤਾ ਨੇ ਗੱਲ ਕਹੀ ਕਿ ਭਗਵਾਨ ਰਾਮਚੰਦਰ ਜੀ ਦੀਆਂ ਖੜਾਵਾਂ ਇੱਕ ਤੋਂ ਦੂਜੀ ਥਾਂ ਤੱਕ ਆਉਂਦੀਆਂ ਜਾਂਦੀਆਂ ਰਹਿੰਦੀਆਂ ਯੂਪੀ ਦੇ ਵਿੱਚ ਪਹੁੰਚ ਗਈਆਂ ਤੇ ਭਗਵਾਨ ਜੀ ਯਾਨੀ ਕਿ ਰਾਹੁਲ ਗਾਂਧੀ ਵੀ ਮਗਰ-ਮਗਰ ਆਉਂਦੇ ਹੋਣਗੇ ਉਹ ਇੱਥੇ ਪਹੁੰਚਣਗੇ ਜ਼ਰੂਰ ਤੇ ਇੱਥੇ ਬੀਜੇਪੀ ਦੇ ਰਾਜ ਸਭਾ ਦੇ ਮੈਂਬਰ ਆ ਦਿਸ਼ਯੰਤ ਗੌਤਮ ਸਾਹਿਬ ਉਹਨਾਂ ਨੇ ਇਹ ਗੱਲ ਕਹੀ ਆ ਕਿ ਭਗਵਾਨ ਰਾਮਚੰਦਰ ਤਾਂ ਆਪਣੀ ਵਾਨਰ ਸੈਨਾ ਨੂੰ ਨਾਲ-ਨਾਲ ਰੱਖਦੇ ਸੀਗੇ ਤੇ ਜੇਕਰ ਅੱਜ ਟੀ-ਸ਼ਰਟ ਦੇ ਵਿੱਚ ਤੁਹਾਡੇ ਰਾਮਚੰਦਰ ਜੀ ਆ ਜਾਨੀ ਕਿ ਰਾਹੁਲ ਗਾਂਧੀ ਹੋਰੀ ਤਾਂ ਫਿਰ ਜਿਹੜੀ ਬਾਕੀ ਨਾਲ ਸੈਨਾ ਫਿਰਦੀ ਆ ਜਿਹੜੇ ਨਾਲ ਵਰਕਰ ਫਿਰਦੇ ਆ ਇਹ ਵੀ ਭਾਈ ਲੀੜੇ ਲਾ ਕੇ ਨੰਗ ਤੜੰਗੇ ਫਿਰਿਆ ਕਰਨ ਪਰ ਇਹ ਕਿਹੜੀ ਗੱਲੋਂ ਜੈਕਟਾਂ ਪਾਈ ਫਿਰਦੇ ਆ ਨਾਲੇ ਇੱਕ ਸਵਾਲ ਹੋਰ ਕਰਤਾ ਕਹਿੰਦੇ ਜੀ ਰਾਹੁਲ ਗਾਂਧੀ ਟੀ-ਸ਼ਰਟ ਦੇ ਵਿੱਚ ਫਿਰਦੇ ਆ ਲੋਕਾਂ ਦਾ ਚਤਨੀ ਕਰਦਾ ਰਜਾਈ ਤੋਂ ਬਾਹਰ ਨਿਕਲ ਗਏ ਜੈਕਟ ਦੇ ਵਿੱਚ ਵੀ ਪਾਲਾ ਲੱਗਦਾ ਹੀਟਰ ਦੇ ਮੂਰੇ ਵੀ ਪਾਲਾ ਲੱਗਦਾ ਤੇ ਇਹ ਕੱਲੀ ਟੀ-ਸ਼ਰਟ ਦੇ ਵਿੱਚ ਉਹ ਵੀ ਜਿਹਦੇ ਮੋਢੇ ਬਾਹਰ ਕੱਢੇ ਆ ਤੇ ਇਹ ਖਾਂਦਾ ਕੀ ਆ ਪਹਿਲਾਂ ਇਹਦਾ ਪਤਾ ਲਾ ਲੈਣਾ ਚਾਹੀਦਾ ਹੁਣ ਮੇਰੇ ਮਨ ਦੇ ਵਿੱਚ ਸਵਾਲ ਇਹ ਆ ਰਾਹੁਲ ਗਾਂਧੀ ਬਨਾਣ ਦੇ ਵਿੱਚ ਯਾਤਰਾ ਕੱਢੇ ਰਾਹੁਲ ਗਾਂਧੀ ਕੈਪਰੀਚ ਭਾਰਤ ਜੋੜੋ ਯਾਤਰਾ ਕੱਢੇ ਕੋਈ ਬੀਜੇਪੀ ਦਾ ਨੇਤਾ ਜਿਹੜਾ ਉਹ ਜਿਵੇਂ ਮਰਜ਼ੀ ਲੀੜੇ ਪਹਿਨ ਕੇ ਕੱਢੇ ਜਾਂ ਨਾ ਪਹਿਨੇ ਥੋੜੇ ਪਹਿਨੇ ਵੱਡੇ ਪਹਿਨੇ ਵੱਧ ਪਹਿਨੇ ਘੱਟ ਪਹਿਨੇ ਇਹਦੇ ਨਾਲ ਭਾਰਤ ਦੀ ਤਰੱਕੀ ਦਾ ਕੀ ਤਾਲੁਕਾ ਇਹ ਸਾਡੇ ਦੇਸ਼ ਦੀ ਰਾਜਨੀਤੀ ਦਾ ਮਹਾਂਦਰਾ ਦੇਖੋ ਕਦੇ ਕੈਨੇਡਾ ਦੇ ਵਿੱਚੋਂ ਇਹੋ ਜਿਹੀਆਂ ਖਬਰਾਂ ਸੁਣੀਆਂ ਕਦੇ ਅਮਰੀਕਾ ਦੇ ਵਿੱਚੋਂ ਇਹੋ ਜਿਹੀਆਂ ਖਬਰਾਂ ਸੁਣੀਆਂ ਵੀ ਵਿਰੋਧੀ ਨੇ ਵਿਰੋਧੀ ਦੇ ਉੱਤੇ ਆ ਗੱਲ ਕਹੀ ਹੋਵੇ ਰਾਜਨੀਤਿਕ ਵਿਰੋਧੀ ਨੇ ਕਦੇ ਇੰਗਲੈਂਡ ਦੇ ਵਿੱਚੋਂ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਤੋਂ ਜਰਮਨ ਦੇ ਵਿੱਚੋਂ ਇਹੋ ਜਿਹੀਆਂ ਖਬਰਾਂ ਆਈਆਂ ਨਹੀਂ ਆਈਆਂ ਪਰ ਸਾਡੇ ਦੇਸ਼ ਦੇ ਵਿੱਚ ਆਉਂਦੀਆਂ ਕਿਉਂਕਿ ਸਾਡੇ ਦੇਸ਼ ਦੇ ਵਿੱਚ ਕੰਮ ਦੀ ਗੱਲ ਘਟ ਹੁੰਦੀ ਆ ਸਾਡੇ ਦੇਸ਼ ਦੇ ਵਿੱਚ ਅਵਲੀਆਂ ਟਮਲੀਆਂ ਵੱਧ ਹੁੰਦੀਆਂ ਪਹਿਲਾਂ ਇਸ ਰਿਪੋਰਟ ਦਾ ਵਿਰਵਾਹ ਤੇ ਫਿਰ ਕਰਾਂਗੇ ਟਿੱਪਣੀ ਭਾਜਪਾ ਦੇ ਰਾਜ ਸਭਾ ਮੈਂਬਰ ਦੁਸ਼ੰਤ ਗੁਤਮ ਨੇ ਰਾਹੁਲ ਗਾਂਧੀ ਦੀ ਤੁਲਨਾ ਭਗਵਾਨ ਰਾਮ ਦੇ ਨਾਲ ਕਰਨ ਦੇ ਉੱਤੇ ਨਾਰਾਜ਼ਗੀ ਪ੍ਰਗਟਾਈ ਹੈ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਆਪਣੀ ਸੈਨਾ ਯਾਨੀ ਕਿ ਪਾਰਟੀ ਦੇ ਨੇਤਾ ਤੇ ਵਰਕਰਾਂ ਨੂੰ ਵੀ ਦੱਸਣ ਕਿ ਉਹ ਕੀ ਖਾਂਦੇ ਨੇ ਕਿ ਜਿਹਦੇ ਨਾਲ ਉਹਨਾਂ ਨੂੰ ਠੰਡ ਨਹੀਂ ਲੱਗਦੀ ਗੁਤਮ ਨੇ ਕਿਹਾ ਕਿ ਰਾਹੁਲ ਜੇਕਰ ਰਾਮ ਨਹੀਂ ਤਾਂ ਉਹਨਾਂ ਦੀ ਸੈਨਾ ਬਿਨਾ ਕੱਪੜਿਆਂ ਦੇ ਕਿਉਂ ਨਹੀਂ ਘੁੰmdi ਕਾਂਗਰਸਗਾਂ ਨੂੰ ਤਾਂ ਬਿਨਾ ਕੱਪੜਿਆਂ ਦੇ ਘੁੰਮਣਾ ਚਾਹੀਦਾ ਜਿਵੇਂ ਭਗਵਾਨ ਰਾਮ ਦੀ ਵਾਨਰ ਸੈਨਾ ਬਿਨਾ ਕੱਪੜਿਆਂ ਦੇ ਘੁੰਮਦੀ ਸੀ ਜੇ ਰਾਹੁਲ ਗਾਂਧੀ ਕੋਈ ਪ੍ਰਸਾਦ ਲੈਂਦੇ ਨੇ ਜਿਹਦੇ ਨਾਲ ਠੰਡ ਨਹੀਂ ਲੱਗਦੀ ਤਾਂ ਉਸ ਪ੍ਰਸਾਦ ਦੇ ਬਾਰੇ ਆਪਣੀ ਮਾਂ ਤੇ ਭੈਣ ਨੂੰ ਵੀ ਦੱਸਣਾ ਚਾਹੀਦਾ ਕਿ ਕੱਪੜਿਆਂ ਦੇ ਉੱਤੇ ਇੰਨਾ ਖਰਚ ਕਿਉਂ ਕਰਦੇ ਨੇ ਸਲਮਾਨ ਖੁਰਸ਼ੀਦ ਜਿਹੜੇ ਕਿ ਸਾਬਕਾ ਕੇਂਦਰੀ ਮੰਤਰੀ ਨੇ ਤੇ ਕਾਂਗਰਸੀ ਨੇਤਾ ਨੇ ਉਹਨਾਂ ਨੇ ਪਿਛਲੇ ਦਿਨੀਆਂ ਗੱਲ ਕਹੀ ਸੀ ਕਿ ਭਗਵਾਨ ਰਾਮ ਦੀਆਂ ਖੜਾਵਾਂ ਬਹੁਤ ਦੂਰ ਤੱਕ ਜਾਂਦੀਆਂ ਨੇ ਕਦੇ-ਕਦੇ ਉਹ ਲੈ ਕੇ ਚੱਲਣਾ ਪੈਂਦਾ ਹਮੇਸ਼ਾ ਭਗਵਾਨ ਰਾਮ ਆਪ ਨਹੀਂ ਪਹੁੰਚ ਸਕਦੇ ਤਾਂ ਇਸ ਕਰਕੇ ਖੜਾਵਾਂ ਪਹੁੰਚਦੀਆਂ ਨੇ ਭਰਤ ਉਹਨਾਂ ਨੂੰ ਲੈ ਕੇ ਚੱਲਦੇ ਨੇ ਇਹਨਾਂ ਨੂੰ ਲੈ ਕੇ ਅਸੀਂ ਉੱਤਰ ਪ੍ਰਦੇਸ਼ ਦੇ ਵਿੱਚ ਚਲੇ ਆਂ ਉੱਤਰ ਪ੍ਰਦੇਸ਼ ਦੇ ਵਿੱਚ ਹੀ ਪਹੁੰਚ ਗਏ ਆਂ ਨੇ ਤਾਂ ਰਾਮ ਜੀ ਯਾਨੀ ਕਿ ਰਾਹੁਲ ਗਾਂਧੀ ਵੀ ਪਹੁੰਚਣਗੇ ਇਹ ਸਾਡਾ ਵਿਸ਼ਵਾਸ ਹੈ ਹਾਲਾਂਕਿ ਸਲਮਾਨ ਖੁਰਸ਼ੀਦ ਨੇ ਬਾਅਦ ਦੇ ਵਿੱਚ ਆਪਣੇ ਬਿਆਨ ਤੇ ਸਫਾਈ ਦਿੱਤੀ ਉਹਨਾਂ ਨੇ ਕਿਹਾ ਕਿ ਭਗਵਾਨ ਦੇ ਨਾਲ ਕਿਸੇ ਦੀ ਮੈਂ ਤੁਲਨਾ ਨਹੀਂ ਕੀਤੀ ਨਾ ਹੀ ਕਰ ਸਕਦਾ ਪਰ ਜੋ ਭਗਵਾਨ ਦੇ ਰਾਹ ਦੇ ਉੱਤੇ ਤੁਰਦਾ ਹੈ ਉਹਦੀ ਸ਼ਲਾਘਾ ਮੈਂ ਜ਼ਰੂਰ ਕਰਾਂਗਾ ਜੇ ਕਿਸੇ ਦੇ ਵਿੱਚ ਮਰਿਆਦਾ ਪਰਸ਼ੋਤਮ ਦੇਖੀਏ ਤਾਂ ਕੀ ਤੁਸੀਂ ਉਹਦੀ ਤਾਰੀਫ ਨਹੀਂ ਕਰ ਸਕਦੇ ਕੀ ਤਾਰੀਫ ਸਿਰਫ ਇੱਕ ਹੀ ਪਾਰਟੀ ਕਰ ਸਕਦੀ ਹੈ ਸਾਨੂੰ ਇਹਦਾ ਉੱਤਰ ਮਿਲਣਾ ਚਾਹੀਦਾ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆ ਦੋਸਤੋ ਪਹਿਲੇ ਗੱਲ ਤਾਂ ਸੀ ਕਹਾਂਗੇ ਜਿਸ ਤਰੀਕੇ ਦੇ ਨਾਲ ਭਾਰਤ ਦੀ ਰਾਜਨੀਤੀ ਦੇ ਵਿੱਚ ਇਹੋ ਜੀਆਂ ਗੱਲਾਂ ਚੱਲਵਲੀਆਂ ਛਿੜਦੀਆਂ ਇਹਦੇ ਉੱਤੇ ਦੁੱਖ ਵੀ ਪ੍ਰਗਟਾਇਆ ਜਾ ਸਕਦਾ ਤੇ ਜਾਂ ਜਕਰ ਇਹਨਾਂ ਦੀ ਅਸੀਂ ਕਿਤੇ ਕਨਵਰਸੇਸ਼ਨ ਕਰਕੇ ਚਰਚਾ ਕਰਕੇ ਚਾਰ ਬੰਦੇ ਬੈਠ ਕੇ ਥੋੜਾ ਜਿਹਾ ਹੱਸਿਆ ਜਾ ਸਕਦਾ ਪਰ ਹੱਸਣ ਤੋਂ ਬਾਅਦ ਫਿਰ ਇੱਕ ਵਾਰ ਸੋਚਣਾ ਪੈਂਦਾ ਵੀ ਯਾਰ ਇਹਨਾਂ ਦੀਆਂ ਗੱਲਾਂ ਕਰਕੇ ਦੇਸ਼ ਦੇ ਲੋਕ ਜਿੱਥੇ ਵੀ ਚਾਰ ਬੰਦੇ ਬੈਠਦੇ ਆ ਵਕਤ ਜ਼ਾਇਆ ਕਰਦੇ ਹੋਰ ਤਾਂ ਕੁਝ ਨਹੀਂ ਹੁੰਦਾ ਫਿਰ ਮੈਂ ਇਹ ਗੱਲ ਕਹਿਣਾ ਵੀ ਅੱਜ ਰਾਹੁਲ ਗਾਂਧੀ ਟੀ-ਸ਼ਰਟ ਪਾ ਕੇ ਭਾਰਤ ਜੋੜੋ ਯਾਤਰਾ ਦੇ ਵਿੱਚ ਸ਼ਾਮਲ ਹੁੰਦਾ। ਉਹ ਟੀ-ਸ਼ਰਟ ਵੀ ਨਾ ਪਾਵੇ ਉਹ ਬਨਾਣ ਦੇ ਵਿੱਚ ਆਵੇ ਸਾਨੂੰ ਇਹਦੇ ਨਾਲ ਕੀ ਆ? ਵੋਟ ਪਾਉਣੀ ਪਾਓ ਨਹੀਂ ਪਾਉਣੀ ਨਾ ਪਾਓ ਇਹ ਤਾਂ ਕੋਈ ਦੇਸ਼ ਦਾ ਵਿਸ਼ਾ ਨਹੀਂ ਆ। ਕੋਈ ਬੰਦਾ ਹੋ ਸਕਦਾ ਪੋ ਮਾਗਦੀ ਸਵੇਰ ਨੂੰ ਰਾਤ ਨੂੰ ਦੁਪਹਿਰ ਨੂੰ ਠੰਡੇ ਪਾਣੀ ਨਾਲ ਨਹਾਉਂਦਾ ਹੋਵੇ। ਉਹ ਵੀ ਪਾਣੀ ਐਸਾ ਵੀ ਜਿਹੜਾ ਕਿ ਬੇਹਦ ਗੜੇ ਵਰਗਾ ਹੋਵੇ। ਪਰ ਹੋ ਸਕਦਾ ਕੋਈ ਬੰਦਾ ਠੱਤੇ ਪਾਣੀ ਨਾਲ ਨਹਾਉਂਦਾ ਹੋਵੇ। ਜੇ ਠੰਡੇ ਪਾਣੀ ਨਾਲ ਨਹਾਉਣ ਵਾਲੇ ਨੂੰ ਆਪਾਂ ਇਹ ਗੱਲ ਕਹੀਏ ਵੀ ਭਾਈ ਇਹ ਕੋਈ ਮਾਲ ਪਤਾ ਸ਼ੱਕਦਾ। ਇਸ ਕਰਕੇ ਨੂੰ ਠੰਡ ਨਹੀਂ ਲੱਗਦੀ ਤੇ ਫਿਰ ਆਪਾਂ ਇਹ ਗੱਲ ਕਹਿ ਗਏ ਵੀ ਭਾਈ ਤੱਤੇ ਫੜੀ ਨਾਲ ਤਾਂ ਨਾ ਹੁੰਦਾ ਕਿਉਂਕਿ ਤਾਂ ਸੁਗੜਿਆ ਪਿਆ ਇਹਦੇ ਪੜ ਪੱਲੇ ਕੁਝ ਨਹੀਂਗਾ ਇਹ ਖਾਂਦਾ ਪੀਂਦਾ ਕੁਝ ਹੈ ਨਹੀਂਗਾ ਇਹ ਤਾਂ ਝੰਬਿਆ ਗਿਆ ਮਤਲਬ ਤਾਂ ਇਹ ਆ ਵੀ ਕੋਈ ਨਾ ਹੁੰਦਾ ਹੈ ਕੋਈ ਕਿਵੇਂ ਨਾ ਹੁੰਦਾ ਹੈ ਇਹਦੇ ਨਾਲ ਸਾਡਾ ਕੀ ਤੱਲਕ ਆ ਕਿਸੇ ਨੂੰ ਕਿਵੇਂ ਠੀਕ ਲੱਗਦਾ ਕਿਸੇ ਨੂੰ ਕਿਵੇਂ ਠੀਕ ਲੱਗਦਾ ਪਰ ਇਹ ਭਾਰਤ ਦੀ ਰਾਜਨੀਤੀ ਦੇ ਵਿਸ਼ੇ ਦੇਖੋ ਰਾਜਨੀਤੀ ਦਾ ਵਿਸ਼ਾ ਇਹ ਨਹੀਂ ਕਿ ਅਸੀਂ ਭਾਈ ਭਾਰਤ ਦੇ ਵਿੱਚ ਤਰੱਕੀ ਦੀ ਇੱਕ ਨਵੀਂ ਲਹਿਰ ਲੈ ਕੇ ਆਉਣੀ ਆ ਰਾਜਨੀਤੀ ਦਾ ਵਿਸ਼ਾ ਇਹ ਨਹੀਂ ਕਿ ਅਸੀਂ ਭਾਰਤ ਦੇ ਵਿੱਚ ਅਧੇ ਅਧੂਰੇ ਪਏ ਹੋਏ ਕੰਮਾਂ ਨੂੰ ਖੜੋਤ ਨੂੰ ਦੂਰ ਕਰਨਾ ਰਾਜਨੀਤੀ ਦਾ ਵਿਸ਼ਾ ਇਹ ਨਹੀਂ ਕਿ ਅਸੀਂ ਕੀਤੇ ਹੋਏ ਕੱਲੇ ਕੱਲੇ ਵਾਅਦੇ ਨੂੰ ਪੂਰਾ ਕਰਕੇ ਦਿਖਾਉਣਾ ਰਾਜਨੀਤੀ ਦਾ ਵਿਸ਼ਾ ਇਹ ਆ ਵੀ ਫਲਾਣਾ ਫਲਾਣੀ ਦੇਵਤਾ ਦੀ ਨਜ਼ਰ ਰਾਜਨੀਤੀ ਦਾ ਵਿਸ਼ਾ ਇਹ ਆ ਕਿ ਫਲਾਣਾ ਫਲਾਣੀ ਦੇਵਤੇ ਅਰਗਾ ਫਲਾਣਾ ਫਲਾਣੀ ਦੇਵਤੇ ਅਰਗਾ ਸਾਨੂੰ ਸਾਡਾ ਫਲਾਣਾ ਨੇਤਾ ਐ ਲੱਗਦਾ ਸਾਨੂੰ ਸਾਡਾ ਫਲਾਣਾ ਨੇਤਾ ਐ ਲੱਗਦਾ ਇਹ ਤੁਹਾਡੀ ਸਮੱਸਿਆ ਤੁਹਾਨੂੰ ਕੌਣ ਕੀ ਲੱਗਦਾ ਤੁਹਾਨੂੰ ਕੌਣ ਕੀ ਨਹੀਂ ਲੱਗਦਾ ਪਰ ਦੇਖੋ ਸਾਡੇ ਦ੍ਰਿਸ਼ ਦੇ ਵਿੱਚ ਚੱਲਦਾ ਕੀ ਆ ਉਸ ਤੋਂ ਅਗਲੀ ਗੱਲ ਇਹ ਆ ਕਿ ਇਸ ਵੇਲੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਦੇ ਵੱਲ ਵੀ ਮੋੜ ਕੱਟ ਰਹੀ ਹੈ ਜਨਵਰੀ ਦੇ ਪਹਿਲੇ ਹਫਤੇ ਦੇ ਵਿੱਚ ਉਹਨੇ ਦਾਖਲ ਹੋਣਾ ਪੰਜਾਬ ਦੇ ਵਿੱਚ ਸ਼ੰਭੂ ਬਾਰਡਰ ਤੋਂ ਉਹਨੇ ਐਂਟਰੀ ਕਰਨੀ ਹੈ ਪਠਾਨਕੋਟ ਤੋਂ ਉਹਨੇ ਬਾਹਰ ਨੂੰ ਨਿਕਲ ਜਾਣਾ ਤੇ 8-9 ਦਿਨ ਦਾ ਸਫ਼ਰ ਉਹਨੇ ਪੰਜਾਬ ਦੇ ਵਿੱਚ ਤੈਅ ਕਰਨਾ ਤੇ ਕਾਂਗਰਸੀ ਇਸ ਵੇਲੇ ਪੂਰਾ ਜ਼ੋਰ ਲਾ ਰਹੇ ਆ ਕਿ ਅਸੀਂ ਇਸ ਯਾਤਰਾ ਨੂੰ ਪੰਜਾਬ ਦੇ ਵਿੱਚ ਸਫਲ ਕਰ ਗਏ ਇਹ ਵੀ ਉਸ ਵੇਲੇ ਜ਼ੋਰ ਲੱਗ ਰਿਹਾ ਜਦੋਂ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਧਮਕੀਆਂ ਦਿੱਤ ਗਈਆਂ ਕਿ ਰਾਹੁਲ ਗਾਂਧੀ ਦੀ ਯਾਤਰਾ ਅਸੀਂ ਪੰਜਾਬ ਦੇ ਵਿੱਚ ਰੋਕ ਕੇ ਦਿਖਾਵਾਂਗੇ ਉਸ ਤੋਂ ਬਾਅਦ ਭਗਵੰਤ ਮਾਨ ਤਾਂ ਕਾਂਗਰਸ ਗਾਣੇ ਪਹੁੰਚ ਕੀਤੀ ਕਿ ਇਸ ਯਾਤਰਾ ਨੂੰ ਸੁਰੱਖਿਅਤ ਕਰਨ ਦੇ ਲਈ ਤੁਹਾਡੇ ਵੱਲੋਂ ਪੂਰਾ ਸਹਿਯੋਗ ਚਾਹੀਦਾ ਸੋ ਇਸ ਤਰੀਕੇ ਦੀ ਗੱਲਬਾਤ ਚੱਲ ਰਹੀ ਹੈ ਇੱਕ ਗੱਲ ਹੋਰ ਕਹਿਣੀ ਬਣਦੀ ਹੈ ਕਿ ਭਾਰਤ ਦੇ ਵਿੱਚ ਨਿਕਲ ਰਹੀ ਏਸ ਯਾਤਰਾ ਦਾ ਫਾਇਦਾ ਕੀ ਹੋਊਗਾ ਨੁਕਸਾਨ ਕੀ ਹੋਊਗਾ ਸਾਨੂੰ ਨਹੀਂ ਪਤਾ 2024 ਦੇ ਵਿੱਚ ਇਹਦਾ ਅਸਰ ਕੋਈ ਪਾਊਗਾ ਕਿ ਨਹੀਂ ਪਾਊਗਾ ਸਾਨੂੰ ਨਹੀਂ ਪਤਾ ਪਰ ਇਹ ਗੱਲ ਜ਼ਰੂਰ ਆ ਵੀ ਇੱਕ ਵਾਰ ਰਾਹੁਲ ਗਾਂਧੀ ਨੇ ਆਪਣੀ ਇਮੇਜ ਬਦਲਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਆਪਣੀ ਇਮੇਜ ਨੂੰ ਬਦਲਣ ਦੇ ਵਿੱਚ ਕੁਝ ਹੱਦ ਤੱਕ ਸਫਲ ਵੀ ਹੋ ਰਿਹਾ ਕੱਲ ਤੱਕ ਜਿਹੜਾ ਉਹਨੂੰ ਪੱਪੂ ਗੱਲ ਕਹਿ ਕੇ ਛੇੜਿਆ ਜਾਂਦਾ ਸੀ ਵੀ ਪੱਪੂ ਹੈ ਇਹਨੂੰ ਕੀ ਪਤਾ ਹੈ ਉਹਨੇ ਇਸ ਯਾਤਰਾ ਦੇ ਨਾਲ ਤੇ ਪਿਛਲੇ ਕੁਝ ਸਮੇਂ ਦੇ ਵਿੱਚ ਇਸ ਸ਼ਬਦ ਨੂੰ ਜਾਨੀ ਕਿ ਪੱਪੂ ਨੂੰ ਲਾਉਣ ਦੇ ਵਿੱਚ ਕੁਝ ਹੱਦ ਤੱਕ ਸਫਲਤਾ ਵੀ ਹਾਸਲ ਕੀਤੀ ਹੈ ਰਾਜਨੀਤੀ ਦੇ ਵਿੱਚ ਅੱਗੇ ਵਧਣਾ ਨਹੀਂ ਵਧਣਾ ਲੋਕਾਂ ਨੇ ਕਾਂਗਰਸ ਨੂੰ ਵੋਟਾ ਪਾਉਣੀਆਂ ਨਹੀਂ ਪਾਉਣੀਆਂ ਇਹ ਲੋਕਾਂ ਦੀ ਆਪਣੀ ਮਰਜ਼ੀ ਦੇ ਤੇ ਨਿਰਭਰ ਕਰਦੀ ਗੱਲ ਹੈ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਵਿਰੋਧੀ ਧਿਰ ਤਕੜੀ ਹੋਣੀ ਚਾਹੀਦੀ ਹੈ ਉਹ ਭਾਵੇਂ ਪੰਜਾਬ ਦੀ ਗੱਲ ਕਰੀਏ ਜਾਂ ਦੇਸ਼ ਦੀ ਗੱਲ ਕਰੀਏ ਜੇ ਵਿਰੋਧੀ ਧਿਰ ਤਕੜੀ ਹੋਊਗੀ ਸੱਤਾਧਾਰੀ ਧਿਰ ਆਪਣੀਆਂ ਚੰਦਗਾਨੀ ਚਲਾ ਸਕੂਗੀ ਤੇ ਪੰਜਾਬ ਦੇ ਵਿੱਚ ਇਸ ਵੇਲੇ ਵਿਰੋਧੀ ਧਿਰ ਹੈ ਨਹੀਂ ਨਾ માત્ર ਤੇ ਉਧਰ ਜੇ ਗੱਲ ਕਰਦੇ ਕੇਂਦਰ ਦੀ ਤਾਂ ਕੇਂਦਰ ਦੇ ਵਿੱਚ ਵੀ ਭਾਰਤ ਦੇ ਵਿੱਚ ਵੀ ਵਿਰੋਧੀ ਧਿਰ ਨਾਂ ਦੀ ਕੋਈ ਚੀਜ਼ ਬਹੁਤੀ ਹੈ ਨਹੀਂ ਇਸੇ ਕਰਕੇ ਉਹਨਾਂ ਦੀ ਕਿਤੇ ਪੇਸ਼ ਨਹੀਂ ਚੱਲਦੀ ਭਾਰਤ ਦੇ ਵਿੱਚ ਜੇਕਰ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਨੂੰ ਟੱਕਰ ਦੇਣ ਦੀਆਂ ਚਾਹਵਾਨ ਹਨ ਵਿਰੋਧੀ ਪਾਰਟੀਆਂ ਉਹਨਾਂ ਨੂੰ ਆਪਣੀ ਧੌਣ ਦੇ ਵਿੱਚ ਫਸਿਆ ਹੋਇਆ ਕੀਲਾ ਕੱਢ ਕੇ ਗਰਾਊਂਡ ਰਿਐਲਿਟੀ ਨੂੰ ਜ਼ਮੀਨੀ ਹਕੀਕਤ ਨੂੰ ਸਮਝਣਾ ਪਊਗਾ ਤੇ ਇੱਕਜੁੱਟ ਹੋ ਕੇ ਟੱਕਰ ਕਰਨ ਦੀ ਕੋਸ਼ਿਸ਼ ਕਰਨੀ ਪਊਗੀ ਉਹਦੇ ਵਿੱਚ ਇਹ ਨਹੀਂ ਕਿ ਪ੍ਰਧਾਨ ਮੰਤਰੀ ਕੌਣ ਬਣੂਗਾ ਮੈਂ ਆ ਉਹਦਾ ਲਊਗਾ ਸਾਨੂੰ ਇਹਨਾਂ ਦਾ ਟਿਕਟਾ ਮਿਲ ਲਈਆਂ ਇਸ ਚੱਕਰ ਦੇ ਵਿੱਚ ਤਾਂ ਪੜ ਪੱਲੇ ਕਿਸੇ ਦੇ ਕੁਝ ਹੈ ਹੀ ਨਹੀਂਗਾ ਸੋ ਵਕਤ ਦੱਸੂਗਾ ਬਣਦਾ ਕੀ ਆ ਪਰ ਚੋਣਾ ਤੋਂ ਪਹਿਲਾਂ ਲੋਕ ਸਭਾ ਦੀਆਂ ਚੋਣਾ ਤੋਂ ਪਹਿਲਾਂ ਹਰ ਵਾਰੀ ਇਹ ਚਰਚਾ ਛੱਡਦੀ ਆ ਐਤਕੀ ਸਾਰੀਆਂ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਕੇ ਮੁਕਾਬਲਾ ਕਰਾਂਗੇ ਐਤਕੀ ਜੀ ਅਸੀਂ ਆਹ ਕੁਝ ਕਰਾਂਗੇ ਪਰ ਐਂਡ ਦੇ ਉੱਤੇ ਹੁੰਦਾ ਕੀ ਆ ਕੱਖ ਵੀ ਨਹੀਂ ਨਾ ਇਕੱਠੇ ਹੁੰਦੇ ਆ ਨਾ ਇਕੱਠੇ ਹੋਣ ਦੀ ਕਦੇ ਲੋੜ ਮਹਿਸੂਸ ਕੀਤੀ ਆ ਇਸੇ ਕਰਕੇ ਇਹ ਗੱਲ ਦਾਅਵੇ ਨਾਲ ਕਹੀ ਜਾ ਰਹੀ ਆ ਬੀਜੇਪੀ ਦੇ ਆਗੂਆਂ ਦੇ ਵੱਲੋਂ ਕਿ 2024 ਦੇ ਵਿੱਚ ਵੀ ਸਾਡੀ ਸਰਕਾਰ ਬਣੂ ਹੀ ਬਣੂ ਐਨਆਰਆਈ ਪੰਜਾਬ ਦਾ ਪੰਜਾਬ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਇਹਦੇ ਵਿੱਚ ਕੋਈ ਦੂਰ ਆਇਆ ਨਹੀਂ ਬਹੁਤ ਸਾਰੇ ਐਨਆਰਆਈ ਵੀਰ ਸਾਨੂੰ ਵਿਦੇਸ਼ਾਂ ਦੇ ਵਿੱਚ ਮਿਲਦੇ ਆ ਉਹ ਇਹ ਗੱਲ ਕਹਿੰਦੇ ਬਾਈ ਜੀ ਕਿ ਸਾਨੂੰ ਭਾਵੇਂ 25 ਸਾਲ ਹੋ ਗਏ ਬਾਹਰਲੇ ਮੁਲਕ ਦੇ ਵਿੱਚ ਆਇਆਂ ਨੂੰ ਭਾਵੇਂ 15 ਹੋ ਗਏ ਤੇ ਭਾਵੇਂ 5 ਹੋ ਗਏ ਤੇ ਭਾਵੇਂ 35 ਹੋ ਗਏ ਆ ਪਰ ਸਾਨੂੰ ਸੁਪਨਾ ਹਮੇਸ਼ਾ ਪੰਜਾਬ ਦਾ ਆਇਆ ਉਹਨਾਂ ਪਈਆਂ ਦਾ ਆਇਆ ਉਹ ਸਕੂਲ ਦਾ ਆਇਆ ਉਹਨਾਂ ਗਲੀਆਂ ਦਾ ਆਇਆ ਉਹਨਾਂ ਆੜੀਆਂ ਦਾ ਆਇਆ ਉਸ ਬੇਬੇ ਦਾ ਆਇਆ ਗੁਆਡੀ ਬਾਪੂ ਦਾ ਆਇਆ ਸਾਨੂੰ ਭੈਣ ਭਰਾ ਦਾ ਸੁਪਨਾ ਆਇਆ ਸਾਨੂੰ ਖੇਤ ਦੀ 베ਰੀ ਦਾ ਸੁਪਨਾ ਆਇਆ ਸਾਨੂੰ ਹੋਰ ਬਹੁਤ ਕੁਝ ਦਿਸਦਾ ਪਰ ਜਿਹੜੇ ਮੁਲਕ ਦੇ ਵਿੱਚ ਅਸੀਂ ਡਾਲਰ ਪੌਂਡ ਯੂਰੋ ਕਮਾਉਣੇ ਦਰਮਾਖਮਾਉਣੇ ਆ ਇਹ ਸੁਲਕ ਦਾ ਸਾਨੂੰ ਸੁਪਨਾ ਆਇਆ ਨਹੀਂ ਸਾਡੇ ਸਰੀਰ ਇੱਥੇ ਆ ਸਾਡੀ ਸੁਰਤ ਪੰਜਾਬ ਦੇ ਵਿੱਚ ਹੀ ਆ ਪਰ ਜਿਹਨਾਂ ਦੀ ਸੁਰਤ ਪੰਜਾਬ ਦੇ ਵਿੱਚ ਆ ਉਹਨਾਂ ਨੂੰ ਦਰਪੇਸ਼ ਚੁਣੌਤੀਆਂ ਵੀ ਛੋਟੀਆਂ ਨਹੀਂ ਆ ਬੜੇ ਪੰਜਾਬੀ ਇਹ ਗੱਲ ਕਹਿੰਦੇ ਆ ਕਿ ਸਾਡਾ ਚਿਤ ਕਰਦਾ ਜੀ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਸਾਲ ਦੇ ਵਿੱਚ ਦੋ ਦੋ ਵਾਰ ਵੀ ਜਾਏਗੇ ਪਰ ਫਿਰ ਅਸੀਂ ਟਿਕਟ ਲੈੰਦੇ ਲੈੰਦੇ ਰਹਿ ਜਾਂਦੇ ਆ ਸਾਨੂੰ ਡਰ ਲੱਗਦਾ ਵੀ ਪਤਾ ਨਹੀਂ ਉੱਥੇ ਕੌਣ ਕਿਹੜੇ ਚੱਕਰ ਚ ਫਸਾ ਦੇ ਸਾਨੂੰ ਇਸ ਗੱਲ ਦਾ ਡਰ ਰਹਿੰਦਾ ਵੀ ਜਿਹੜੀ ਕੋਠੀ ਅਸੀਂ ਸਾਂਭ ਸੰਭਾਲ ਵਾਸਤੇ ਫਲਾਣੇ ਨੂੰ ਦੇ ਕੇ ਆਏ ਕਿਤੇ ਕਬਜ਼ਾ ਹੀ ਨਾ ਕਰ ਲਵੇ ਸਾਨੂੰ ਡਰ ਰਹਿੰਦਾ ਵੀ ਜਿਹੜੀ ਜ਼ਮੀਨ ਅਸੀਂ ਠੇਕੇ ਦੇ ਉੱਤੇ ਆਪਣਾ ਸਮਝ ਕੇ ਦੇ ਕੇ ਆਏ ਆ ਉਹ ਕਿਤੇ ਜਾਂਦਿਆਂ ਨੂੰ ਕਬਜ਼ਾ ਹੀ ਨਾ ਕਰੀ ਬੈਠਾ ਹੋਵੇ ਤੇ ਕਬਜ਼ੇ ਹੁੰਦੇ ਵੀ ਹਨ ਮੋਗਾ ਦੇ ਵਿੱਚ ਪ੍ਰਵਾਸੀ ਮਾਮਲਿਆਂ ਦੇ ਮੰਤਰੀ ਜਿਹੜੇ ਖੇਤੀਬਾੜੀ ਮੰਤਰੀ ਵੀ ਆ ਕੁਲਦੀਪ ਸਿੰਘ ਧਾਲੀਵਾਲ ਜਦੋਂ ਪਹੁੰਚੇ ਪ੍ਰਵਾਸੀ ਪੰਜਾਬਗਾਂ ਦੀ ਸਾਰ ਲੈਣ ਦੇ ਲਈ ਤਾਂ ਉੱਥੇ ਜਿਹੜੀਆਂ ਸ਼ਿਕਾਇਤਾਂ ਆਈਆਂ ਉਹਨਾਂ ਦੀ ਫਾਈਲ ਬੜੀ ਲੰਮੀ ਤੇ ਬੜੀ ਮੋਟੀ ਬਣ ਗਈ ਤੇ ਉੱਥੇ ਜਿਹੜੇ ਪ੍ਰਵਾਸੀ ਪੰਜਾਬੀ ਕੋ ਕੈਨੇਡਾ ਤੋਂ ਕੋ ਜਰਮਨ ਤੋਂ ਕੋ ਕਿਤੋਂ ਕੋ ਕਿਤੋਂ ਉਹਨਾਂ ਨੇ ਰੋ ਰੋ ਕੇ ਜਿਹੜੇ ਦੁੱਖੜੇ ਸੁਣਾਏ ਆ ਉਹ ਦੁਖਦਈ ਆ ਮੈਂ ਨਹੀਂ ਕਹਣਾ ਵੀ ਇੱਥੇ ਜਿਹੜੇ ਵਸਦੇ ਆ ਉਹ ਸਾਰੇ ਬਹੁਤ ਖੁਸ਼ੀਆਂ ਖਿੜਿਆਂ ਵਾਲੇ ਆ ਇੱਥੇ ਵੀ ਬਹੁਤ ਸਾਰੀਆਂ ਸਮੱਸਿਆਵਾਂ ਪਰ ਜਿਹੜੇ ਬਾਹਰਲੇ ਮੁਲਕ ਦੇ ਵਿੱਚ ਗਏ ਆ ਉਹ ਕਿਹੜੇ ਕਾਰਨਾ ਕਰਕੇ ਗਏ ਇੱਕ ਤਾਂ ਇਹ ਗੱਲ ਸਮਝ ਗਏ ਤੇ ਜਦੋਂ ਉਹ ਆਉਂਦੇ ਆ ਉਹ ਕੁਝ ਨਾ ਕੁਝ ਖਰਚ ਕੇ ਜਾਂਦੇ ਆ ਆਪਣੇ ਪੰਜਾਬ ਦੇ ਉੱਤੇ ਆਪਣੇ ਪਿੰਡ ਦੇ ਉੱਤੇ ਤੇ ਪੰਜਾਬ ਦੀ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਆ ਉਹਨਾਂ ਕੁਝ ਪੰਜਾਬ ਦੇ ਲਈ ਨਹੀਂ ਕਰ ਸਕੀ ਜਿੰਨਾ ਐਨਆਰਆਈ ਪੰਜਾਬੀ ਪਹਿਣਾ ਵੀਰਾਂ ਨੇ ਪੰਜਾਬ ਦੀ ਖਾਤਰ ਕੀਤਾ ਇਸ ਗੱਲ ਨੂੰ ਸਮਝਣਾ ਚਾਹੀਦਾ ਇੱਥੇ ਵਸਦੇ ਲੋਕ ਵੀ ਬਹੁਤ ਕੁਝ ਕਰਦੇ ਆ ਸਾਰੇ ਇੱਕੋ ਜਿਹੇ ਲੋਕ ਨਹੀਂ ਹੁੰਦੇ ਪਰ ਵਿਦੇਸ਼ਾਂ ਦੇ ਵਿੱਚ ਵਸਦਾ ਕਿਹੜਾ ਪੰਜਾਬੀ ਆ ਜਿਨੇ ਦਸਵੰਦ ਦੇ ਰੂਪ ਦੇ ਵਿੱਚ ਆਪਦੇ ਪਿੰਡ ਦੀ ਧਰਮਸ਼ਾਲਾ ਲਈ ਜਾਂ ਕਬੱਡੀ ਟੂਰਨਾਮੈਂਟ ਲਈ ਜਾਂ ਗੁਰਦੁਆਰੇ ਲਈ ਜਾਂ ਕਹਿ ਲਈਏ ਸ਼ਮਸ਼ਾਨ ਘਾਟ ਦੇ ਲਈ ਜਾਂ ਕਿਸੇ ਬਿਮਾਰ ਦੀ ਦਵਾਈ ਦੇ ਲਈ ਜਾਂ ਕਿਸੇ ਨੇ ਪਿੰਡ ਦੇ ਵਿੱਚ ਆਰਓ ਸਿਸਟਮ ਦੇ ਲਈ ਜਾਂ ਪਿੰਡ ਦੇ ਵਿੱਚ ਕਿਸੇ ਨੇ ਸਕੂਲ ਦੇ ਲਈ ਕੁਝ ਨਾ ਕੁਝ ਸਭ ਨੇ ਕੀਤਾ ਤੇ ਕਰਨਾ ਵੀ ਚਾਹੀਦਾ ਤੇ ਫਰਜ਼ ਵੀ ਹੈ ਤੁਹਾਡਾ ਤੁਹਾਡਾ ਪੰਜਾਬ ਹੈ ਤੁਹਾਡੇ ਪੇਕੇ ਤੁਸੀਂ ਕਰੋਗੇ ਪਰ ਉਹਨਾਂ ਨੂੰ ਵੀ ਦਰਪੇਸ਼ ਚੁਣੌਤੀਆਂ ਉਵੇਂ ਹੀ ਆ ਜਿਵੇਂ ਇੱਥੇ ਸਾਨੂੰ ਵਸਦਿਆਂ ਨੂੰ ਆ ਜਿਵੇਂ ਇੱਥੇ ਬਾਕੀ ਵਸਦੇ ਪੰਜਾਬੀਆਂ ਨੂੰ ਆ ਜੇਕਰ ਹੁਣ ਇਹ ਗੱਲ ਕਵੇ ਕੋਈ ਐਨਆਰਆਈ ਪੰਜਾਬੀ ਆ ਕੇ ਕਿ ਮੇਰੇ ਭਰਾ ਨੇ ਮੇਰੀ ਜ਼ਮੀਨ ਦੱਬ ਲਈ ਤਾਂ ਉਹ ਬੰਦਾ ਜਾਵੇ ਤਾਂ ਜਾਵੇ ਕਿੱਥੇ ਜੇ ਕੋਈ ਇਹ ਗੱਲ ਕਵੇ ਕਿ ਮੈਂ ਫਲਾਣੇ ਅਧਿਕਾਰੀ ਦੇ ਕੋਲੇ ਵਾਰ-ਵਾਰ ਗਿਆ ਪਰ ਉਹਨੇ ਬਾਤ ਨਹੀਂ ਪੁੱਛੀ ਸਕੋ ਇਹ ਗੱਲ ਕਹਿੰਦਾ ਸੀ ਵੀ 3 ਲੱਖ ਰੁਪਈਆ ਲਿਆ ਤੇ ਫਿਰ ਗੱਲ ਕਰਦੇ ਆ ਫਿਰ ਤਾਂ ਬੰਦਾ ਟੁੱਟ ਜਾਂਦਾ ਫਿਰ ਬੰਦਾ ਕਿਵੇਂ ਆਊਗਾ ਫਿਰ ਪੰਜਾਬ ਦੇ ਵੱਲ ਕਿਵੇਂ ਮੂੰਹ ਕਰੂਗਾ ਪੰਜਾਬ ਦੇ ਲੋਕਾਂ ਨੂੰ ਵੀ ਤੇ ਪੰਜਾਬ ਦੀ ਸਰਕਾਰ ਨੂੰ ਵੀ ਐਨ ਆਰ ਆਈ ਪੈਣਾ ਵੀਰਾਂ ਨੂੰ ਗੱਲ ਨਾਲ ਲਾਉਣਾ ਚਾਹੀਦਾ ਜੇਕਰ ਅਸੀਂ ਚਾਹੁੰਦੇ ਹਾਂ ਜੀ ਕਿ ਉਹ ਇਨਵੈਸਟਮੈਂਟ ਕਰਨ ਤਾਂ ਇਨਵੈਸਟਮੈਂਟ ਕਰਵਾਉਣ ਦੇ ਲਈ ਪੰਜਾਬੀ ਐਨ ਆਰ ਆਈ ਆ ਜਿਹੜੇ ਉਹਨਾਂ ਦਾ ਭਰੋਸਾ ਜਿੱਤਣਾ ਬਹੁਤ ਜ਼ਰੂਰੀ ਆ ਫਿਰ ਉਹ ਪੰਜਾਬ ਦੇ ਵਿੱਚ ਪੂੰਜੀ ਨਿਵੇਸ਼ ਕਰਨਗੇ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ ਪਰਵਾਸੀ ਮਾਮਲੇ ਬਾਰੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਮਾਲਵੇ ਦੇ 7 ਜ਼ਿਲ੍ਹਿਆਂ ਮੋਗਾ, ਫਾਜ਼ਿਲਕਾ, ਫਰੀਦਕੋਟ, ਬਠਿੰਡਾ, ਮਾਨਸਾ, ਮੁਖਤਸਰ ਸਾਹਿਬ, ਫਿਰੋਜ਼ਪੁਰ ਨਾਲ ਸਬੰਧਤ ਪਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ। ਇਸ ਮੌਕੇ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਐਨਆਰਆਈ ਪੈਣਾ ਵੀਰਾਂ ਨੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ। ਇਸ ਮੌਕੇ ਦੇ ਉੱਤੇ ਯੂਕੇ ਸਰਕਾਰ ਦੇ ਵਿੱਚ ਤਨਮਨਜੀਤ ਸਿੰਘ ਢੇਸੀ ਦੇ ਵੱਲੋਂ ਕੈਬਨਟ ਮੰਤਰੀ ਢਾਲੀਵਾਲ ਨੂੰ ਭੇਜੀ ਗਈ ਸ਼ਿਕਾਇਤ ਦੇ ਉੱਤੇ ਕਾਰਵਾਈ ਕਰਦਿਆਂ ਮੰਤਰੀ ਨੇ ਤੁਰੰਤ ਮਾਲ ਅਧਿਕਾਰੀ ਸਣੇ ਹੋਰਨਾ ਦੇ ਖਿਲਾਫ ਕੇਸ ਦਰਜ ਕਰਨ ਦਾ ਹੁਕਮ ਜਾਰੀ ਕੀਤਾ। ਇਸ ਮਾਮਲੇ ਦੇ ਵਿੱਚ ਪਿੰਡ ਰੋਡੇ ਦੇ ਪ੍ਰਵਾਸੀ ਪੰਜਾਬੀ ਹਰਨਾਮ ਸਿੰਘ ਦੀ ਕਰੀਬ 17 ਏਕੜ ਜ਼ਮੀਨ ਦੇ ਉੱਤੇ ਕਾਸ਼ਤਕਾਰ ਵੱਲੋਂ 4 ਸਾਲ ਪਹਿਲਾਂ ਧੋਖੇ ਨਾਲ ਕਬਜ਼ਾ ਕਰ ਲਿਆ ਗਿਆ ਸੀ। ਇਸ ਮੌਕੇ ਦੇ ਉੱਤੇ ਪਿੰਡ ਪ੍ਰਾਣੇਵਾਲਾ ਦੇ ਪ੍ਰਵਾਸੀ ਪੰਜਾਬੀ ਨੇ ਰੋਂਦੇ ਹੋਏ ਆਪਣੇ ਭਰਾ ਦੇ ਉੱਤੇ ਗੰभीर ਦੋਸ਼ ਲਾਏ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਵੀ ਉਸ ਨੂੰ ਇਨਸਾਫ ਦਿਵਾਉਣ ਦੀ ਥਾਂ ਤੇ ਉਸਦੇ ਭਰਾ ਦੀ ਹੀ ਮਦਦ ਕੀਤੀ ਆ ਪਿੰਡ ਗਗੜਾ ਦੇ ਇੱਕ ਪ੍ਰਵਾਸੀ ਪੰਜਾਬੀ ਨੇ ਵੀ ਸ਼ਿਕਾਇਤ ਦਿੱਤੀ ਕਿ ਉਸਦੇ ਰਿਸ਼ਤੇਦਾਰਾਂ ਵੱਲੋਂ ਉਸਦੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਗਿਆ ਇਸ ਮੌਕੇ ਦੇ ਉੱਤੇ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਵਿੱਚ ਪ੍ਰਵਾਸੀ ਪੰਜਾਬੀਆਂ ਦੀ ਅਹਿਮ ਭੂਮਿਕਾ ਉਹਨਾਂ ਹਰ ਸਾਲ ਦਸੰਬਰ ਤੇ ਅਪ੍ਰੈਲ ਮਹੀਨੇ ਦੇ ਵਿੱਚ ਪ੍ਰਵਾਸੀ ਪੰਜਾਬੀਆਂ ਨਾਲ ਮਿਲਣੀ ਸਮਾਰੋ ਕਰਵਾਉਣ ਤੇ ਵਿਸ਼ੇਸ਼ ਫਾਸਟ ਟਰੈਕ ਕੋਰਟਾਂ ਸਥਾਪਿਤ ਕਰਨ ਦਾ ਐਲਾਨ ਵੀ ਕੀਤਾ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਸिखਾਂਗੇ ਐਨਆਰਆਈ ਪੰਜਾਬੀ ਪੰਜਾਬ ਦੇ ਵਿੱਚ ਬਹੁਤ ਕੁਝ ਕਰ ਸਕਦੇ ਆ ਕਰਦੇ ਵੀ ਹਨ ਪਰ ਇਹ ਹੋਰ ਗਤੀ ਦੇ ਵਿੱਚ ਵੀ ਕਰ ਸਕਦੇ ਆ ਜੇਕਰ ਇਹਨਾਂ ਦੇ ਲਈ ਮਾਹੌਲ ਸੁਖਾਵਾਂ ਹੋਵੇ ਮੈਂ ਇਹ ਨਹੀਂ ਗੱਲ ਕਹਿੰਦਾ ਵੀ ਇਕੱਲੇ ਐਨਆਰਆਈ ਬਾਰੇ ਸਰਕਾਰ ਸੋਚੇ ਜਿਹੜਾ ਵਿਭਾਗ ਉਹਨਾਂ ਬਾਰੇ ਵੀ ਸੋਚੇ ਸਬੰਧਤ ਵਿਭਾਗ ਤੇ ਜਿਹੜੇ ਪੰਜਾਬ ਦੇ ਵਿੱਚ ਲੋਕ ਵਸਦੇ ਆ ਉਹ ਪੰਜਾਬ ਦੇ ਵਿੱਚ ਖੁਸ਼ਹਾਲੀ ਮਹਿਸੂਸ ਕਰਨ ਉਹ ਪੰਜਾਬ ਦੇ ਵਿੱਚ ਹੀ ਰੋਜ਼ਗਾਰ ਉਹਨਾਂ ਨੂੰ ਉਵੇਂ ਮਿਲੇ ਜਿਵੇਂ ਯੋਗਤਾ ਤੇ ਇਹਦੇ ਵਰਗੀ ਵੀ ਰਿਸਕ ਹੋਈ ਨਹੀਂ ਪਰ ਜੋ ਕੁਝ ਚੱਲ ਰਿਹਾ ਤੇ ਜਿਵੇਂ ਜਿਵੇਂ ਚੱਲ ਰਿਹਾ ਇਹਦੇ ਬਾਰੇ ਆਪਾਂ ਜਾਣਦੇ ਆ ਮੈਨੂੰ ਚੰਗੀ ਤਰ੍ਹਾਂ ਚੇਤੇ ਆ ਵੀ ਇੱਕ ਵਾਰੀ ਆਸਟ੍ਰੇਲੀਆ ਦੇ ਵਿੱਚ ਇੱਕ ਪੰਜਾਬਣ ਨੇ ਇਹ ਗੱਲ ਕਹੀ ਇੱਕ ਭੈਣ ਨੇ ਇਹ ਗੱਲ ਕਹੀ ਕਿ ਮੈਂ ਆਪਦੇ ਪਿੰਡ ਦੇ ਵਿੱਚ ਕੋਠੀ ਆ ਜਿਹੜੀ ਇੱਕ ਸੁਧਾਰਨ ਪਰਿਵਾਰ ਨੂੰ ਦੇ ਕੇ ਆਈ ਵੀ ਭਾਈ ਤੁਸੀਂ ਇੱਥੇ ਰਹਿ ਲਓ ਤੁਹਾਡਾ ਕਿਰਾਇਆ ਨਹੀਂ ਲੱਗੂਗਾ ਮੇਰੀ ਕੋਠੀ ਦੀ ਸਾਮ ਸੰਭਾਲ ਹੋ ਜੂਗੀ ਤੱਕ ਨਾ ਖੁੱਲਗਾ ਰਹਿਣੀਗਾ ਸਿਉਕੜਾਂ ਲੱਗੂਗੀ ਸਫਾਈ ਹੁੰਦੀ ਰਹੂਗੀ ਪਰ ਜਦੋਂ ਮੈਂ 4 ਸਾਲ ਬਾਅਦ ਆਈ ਤੇ ਉਹਨਾਂ ਨੂੰ ਆਉਣ ਤੋਂ ਪਹਿਲਾਂ ਇਹ ਗੱਲ ਕਹੀ ਵੀ ਭਾਈ ਦੋ ਕਮਰੇ ਜਿਹੜੇ ਉਹ ਤੁਸੀਂ ਵਿਹਲੇ ਕਰ ਦਿਓ ਇੱਕ ਕਮਰੇ ਦੇ ਵਿੱਚ ਹੁਣ ਤੁਸੀਂ ਸ਼ਿਫਟ ਹੋ ਜਾਓ ਕਿਉਂਕਿ ਮੈਂ ਵੀ ਆਉਣਾ ਡੇਢ ਕਮੀਨਾ ਇੱਥੇ ਰਹਿਣਾ ਤੇ ਉਹਨਾਂ ਨੇ ਅਗੋਏ ਗੱਲ ਕਹੀ ਵੀ ਕਿਹੜੀ ਕੋਠੀ ਤੇ ਕਾਰੀ ਕੋਠੀ ਆ ਜਾ ਉਹ ਕਹਿੰਦੀ ਜੀ ਮੈਂ ਇੱਥੇ 28-29 ਦਿਨ ਰਹੀ ਤੇ 28-29 ਦਿਨ ਮੈਂ ਪੁਲਿਸ ਦੇ ਗਿੜੀ ਮਾਰੀ ਗਈ ਥਾਣੇ 'ਚ ਗਿੜੀ ਮਾਰੀ ਗਈ ਕਦੇ ਥਾਣੇਦਾਰ ਕੋਲੇ ਚਲੀ ਗਈ ਕਦੇ ਡੀਸੀ ਕੋਲੇ ਚਲੀ ਗਈ ਕਦੇ ਐਸਐਸਪੀ ਕੋਲੇ ਚਲੀ ਗਈ ਉਹਨਾਂ ਨੇ ਮਾਰਕ ਕਰਕੇ ਚਿੱਠੀ ਇੱਥੇ ਭੇਜੀ ਤੀ ਉਹਨੇ ਮਾਰਕ ਕਰਕੇ ਇੱਥੇ ਭੇਜੀ ਤੀ ਉਹਨੇ ਮਾਰਕ ਕਰਕੇ ਇੱਥੇ ਭੇਜੀ ਤੀ ਮੈਂ ਆਪਣੀ ਕੋਠੀ ਨੂੰ ਛਡਵਾਉਣ ਦੇ ਲਈ ਤਾਨ ਲਾਉਂਦੀ ਰਹੀ ਤੇ ਐਦਾਂ ਮੇਰੇ 28 ਦਿਨ ਪੂਰੇ ਹੋ ਗਏ ਤਾਂ ਮੈਂ ਵਾਪਸ ਆਸਟ੍ਰੇਲੀਆ ਆ ਗਈ ਤੇ ਇਹ ਕੁਝ ਮੇਰੇ ਨਾਲ ਪਿਛਲੇ ਲੰਮੇ ਸਮੇਂ ਤੋਂ ਹੋ ਰਿਹਾ ਮੈਨੂੰ ਆਪਦਾ ਹੀ ਕਰ ਲੈਂਡ ਦੇ ਵਾਸਤੇ ਤਰਲੇਮਿੰਤਾ ਕਰਨੇ ਪੈ ਰਹੇ ਸਰਕਾਰ ਦੇ ਪ੍ਰਸ਼ਾਸਨ ਦੇ ਪਰ ਇਹ ਇੱਕ ਪੰਜਾਬਣ ਨਹੀਂ ਬਹੁਤ ਸਾਰੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਹ ਹੋ ਜੇ ਆ ਇੱਥੇ ਵਸਦੇ ਵੀ ਤੇ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਵੀ ਕਿਸੇ ਦੀ ਜ਼ਮੀਨ ਤੇ قبضہ ਹੋ ਗਿਆ ਕਿਸੇ ਨੂੰ ਨਜਾਇਜ਼ ਕਿਸੇ ਝੂਠੇ ਕਿਸ ਵਿੱਚ ਫਸਾਤਾ ਵੀ ਬਾਹਰਲਾ ਬੰਦਾ 3-4 ਲੱਖ ਰੁਪਏ ਝੰਬਲੋਏ ਦੇ ਕੋਲੋਂ ਸੋ ਇਹੋ ਜੇ ਲੋਕਾਂ ਨੂੰ ਜਿਹੜੇ ਕਿ ਲੁੱਟਦੇ ਆ ਉਹਨਾਂ ਨੂੰ ਟੰਗਣਾ ਚਾਹੀਦਾ ਜਿਹੜੇ ਇੱਥੇ ਵਸਦੇ ਲੋਕ ਆ ਉਹਨਾਂ ਨੇ ਵੀ ਮਦਦ ਕਰਨੀ ਚਾਹੀਦੀ ਇੱਕ ਗੱਲ ਹੋਰ ਆ ਅਸੀਂ ਇਹ ਗੱਲ ਕਹਿੰਦੇ ਆ ਕਿ ਪ੍ਰਵਾਸੀ ਪੰਜਾਬੀ ਪੰਜਾਬ ਦੇ ਵਿੱਚ ਆ ਕੇ ਇਨਵੈਸਟਮੈਂਟ ਕਰਨ ਬਿਲਕੁਲ ਕਰਨੀ ਜੀ ਪਰ ਉਹਨਾਂ ਨੂੰ ਮਾਹੌਲ ਕਿਨੇ ਦੇਣਾ ਜੇ ਕਿਸੇ ਨੇ ਪੰਜਾਬ ਦੇ ਵਿੱਚ ਆ ਕੇ 2 ਕਰੋੜ 5 ਕਰੋੜ 10 ਕਰੋੜ ਰੁਪਏ ਲਾਉਣਾ ਹੋਵੇ ਤਾਂ ਉਹ ਬੰਦਾ ਕਿਉਂ ਲਾਊਗਾ ਜੇਕਰ ਉਹਨਾਂ ਨੂੰ ਤੋਖਲਾ ਰਹੋਗੇ ਵੀ ਭਾਈ ਪਤਾ ਨਹੀਂ ਸਾਡਾ ਬੰਨਾ ਕੀ ਆ ਜੇ ਅੱਜ ਕਿਸੇ ਨੇ 50000 ਦੀ ਲੱਖ ਰੁਪਏ ਦੀ ਕਿਤੇ ਰੇੜੀ ਵੀ ਲਾਉਣੀ ਹੋਵੇ ਉਹ ਬੰਦਾ 100 ਵਾਰ ਸੋਚੂਗਾ ਵੀ ਯਾਰ ਇੱਥੇ ਪੁਲਿਸ ਤਾਂ ਨਹੀਂ ਤੰਗ ਕਰਦੀ ਇੱਥੋਂ ਦਾ ਪ੍ਰਸ਼ਾਸਨ ਕਿਹੋ ਜਿਹਾ ਇੱਥੋਂ ਦਾ ਗਾਹ ਕਿਹੋ ਜਿਹਾ ਇੱਥੋਂ ਦੀ ਸੜਕ ਕਿਵੇਂ ਆ ਇੱਥੋਂ ਦਾ ਪਾਣੀ ਕਿਵੇਂ ਆ ਤੇ ਜੇਕਰ ਭਾਈ ਕਿਸੇ ਨੇ ਆ ਕੇ ਇਨਵੈਸਟਮੈਂਟ ਕਰਨੀ ਤਾਂ ਉਹਨੇ ਵੀ ਆ ਗੱਲਾਂ ਸੋਚਣੀਆਂ ਮਾਹੌਲ ਸੁਖਾਵਾਂ ਹੋਣਾ ਚਾ ਚੰਗਾ ਵਾਤਾਵਰਨ ਲੈਣਾ ਚਾਹੀਦਾ ਸਹਿਯੋਗ ਦੇਣਾ ਚਾਹੀਦਾ ਨਾ ਕਿ ੜਕੇ ਪੈਦਾ ਹੋਣੇ ਚਾਹੀਦੇ ਆ ਸੋ ਐਨ ਆਰ ਆਈ ਪੰਜਾਬਗਾਂ ਦੀ ਬਾਹ ਫੜਨ ਦੀ ਗੱਲ ਕੀਤੀ ਗਈ ਆ ਇਹ ਗੱਲ ਹੀ ਨਾ ਕਿਤੇ ਰਹਿ ਜੇ ਸੱਚੀ ਮੁੱਚੀ ਵੀ ਸਾਰਾ ਕੁਝ ਹੋਵੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਐਨ ਆਰ ਆਈ ਪਵਨ ਦੇ ਵਿੱਚ ਚਿੱਠੀਆਂ ਪਾਈਆਂ ਸ਼ਿਕਾਇਤਾਂ ਪਈਆਂ ਉਹਨਾਂ ਦੇ ਉੱਤੇ ਬਹੁਤ ਸਾਰਿਆਂ ਦੇ ਉੱਤੇ ਕਦੇ ਵਿਚਾਰ ਵੀ ਨਹੀਂ ਹੋਇਆ ਪਰ ਚਾਹੀਦਾ ਇਹ ਆ ਕਿ ਇਹਨਾਂ ਲੋਕਾਂ ਦੀ ਬਾਹ ਫੜੀ ਜਾਵੇ ਬੀ ਜੀ ਪੀ ਦੇ ਵੱਲੋਂ ਪੰਜਾਬ ਦੇ ਵਿੱਚ ਪੈਰ ਪਸਾਰਨ ਦੇ ਲਈ ਪੂਰਾ ਤਾਨ ਲਾਇਆ ਜਾ ਰਿਹਾ ਤੇ ਬੀ ਜੀ ਪੀ ਦੇ ਵੱਲੋਂ ਪਿੰਡੂ ਖੇਤਰ ਦੇ ਵਾਲੇ ਦਿਹਾਤੀ ਖੇਤਰ ਦੇ ਵਾਲੇ ਵਹੀਰਾਂ ਘੱਟੇ ਜਾ ਰਹੀ ਪਤਾ ਲੱਗਾ ਜੀ ਕਿ ਆਰਐਸਐਸ ਦੀ رائے ਨੂੰ ਵੀ ਪਰੇ ਕਰਕੇ ਤੇ ਬੀਜੇਪੀ ਦੇ ਵੱਲੋਂ ਉਹਨਾਂ ਲੋਕਾਂ ਨੂੰ ਅੱਗੇ ਕੀਤਾ ਜਾ ਰਿਹਾ ਕੱਲੇ ਪੰਜਾਬ ਦੇ ਵਿੱਚ ਜਿਹੜੇ ਕਿ ਪੰਜਾਬ ਦੇ ਧਰਾਤਲ ਨੂੰ ਸਮਝਦੇ ਆ ਜਿਹੜੇ ਕਿ ਸਿੱਖੀ ਵਿਚਾਰਧਾਰਾ ਨੂੰ ਸਮਝਦੇ ਆ ਜਿਹੜੇ ਕਿ ਪੰਜਾਬ ਦੇ ਦਿਹਾਤੀ ਖੇਤਰ ਨੂੰ ਸਮਝਦੇ ਆ ਪੰਜਾਬ ਦੇ ਪਿੰਡੂ ਖੇਤਰ ਦੇ ਲੋਕਾਂ ਦੀ ਮਾਨਸਿਕਤਾ ਨੂੰ ਸਮਝਣ ਦੇ ਵਿੱਚ ਕਦੇ-ਕਦੇ ਸਫਲ ਹੋਣ ਤੱਕ ਹੋਇਆ ਕੈਪਟਨ ਅਮਰਿੰਦਰ ਸਿੰਘ ਬਾਵੀ ਆਪ ਹਾਰ ਗਏ ਪਰ ਇਸ ਵੇਲੇ ਵੀ ਜੇਕਰ ਬੀਜੇਪੀ ਉਹਨਾਂ ਦੇ ਉੱਤੇ ਦਾਅ ਖੇਡ ਰਹੀ ਆ ਮਤਲਬ ਇਹ ਅਭੀ ਸ਼ਾਇਦ ਸਖਚੀਰਾ ਹੁਣ ਕਰਕੇ ਫਾਇਦਾ ਮਿਲਦਾ ਜੇ ਸੁਨੀਲ ਜਾਖੜ ਹੋਰਾਂ ਨੂੰ ਬੀਜੇਪੀ ਦੇ ਵਿੱਚ ਜਾਣ ਤੋਂ ਤੁਰੰਤ ਬਾਅਦ ਵੱਡੀਆਂ ਜ਼ਿੰਮੇਵਾਰੀਆਂ ਮਿਲਦੀਆਂ ਤਾਂ ਇਹਦਾ ਮਤਲਬ ਇਹ ਹੈ ਕਿ ਬੀਜੇਪੀ ਨੂੰ ਪਤਾ ਜੀ ਕਿ ਇਹੋ ਜੇ ਮੰਝੇ ਹੋਏ ਨੇਤਾ ਸੀ ਨਾਲ ਜੋੜ ਕੇ ਚੱਲਣੇ ਆ ਇਹਦੇ ਮੁਤਲਕ ਇੱਕ ਸੰਖੇਪ ਦੇ ਵਿੱਚ ਪਹਿਲਾਂ ਰਿਪੋਰਟ ਸਾਂਝੀ ਕਰਦੇ ਆ ਤੇ ਫਿਰ ਕਰਾਂਗੇ ਟਿੱਪਣੀ ਭਾਰਤੀ ਜਨਤਾ ਪਾਰਟੀ ਵੱਲੋਂ ਸੰਸਦੀ ਚੋਣਾਂ ਤੱਕ ਸੂਬੇ ਦੇ ਦਿਹਾਤੀ ਖੇਤਰ ਤੇ ਖਾਸ ਕਰਕੇ ਸਿੱਖਾਂ ਨੂੰ ਪਤੇ ਆਉਣ ਦੇ ਲਈ ਪੂਰਾ ਤਾਣ ਲਾਉਣ ਦੇ ਏਜੰਡੇ ਨੂੰ ਅਮਲੀ ਜਾਮਾ ਪਨਾਉਣ ਦੀ ਵਿਉਂਤਬੰਦੀ ਕੀਤੀ ਗਈ ਹੈ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਕੌਮੀ ਪੱਧਰ ਦੀਆਂ ਕਮੇਟੀਆਂ ਖਾਸ ਕਰਕੇ ਪਾਰਲੀਮੈਂਟਰੀ ਬੋਰਡ ਤੇ ਕੌਮੀ ਕਾਰਜਕਾਰੀ ਦੇ ਵਿੱਚ ਸੰਗੀ ਪਿਛੋਕੜ ਨਾਲ ਸੰਬੰਧਤ ਅਗਮਾ ਦੀ ਥਾਂ ਨੇ ਉਤੇ ਪੰਜਾਬ ਵਿਚਲੇ ਅਜਾਏ ਅਗਮਾ ਨੂੰ ਤਰਜੀਹ ਦਿੱਤੀ ਗਈ ਹੈ ਜਿਨ੍ਹਾਂ ਦੇ ਸਹਾਰੇ ਲੋਕਾਂ ਦੇ ਵਿੱਚ ਪਹੁੰਚ ਕੀਤੀ ਜਾ ਸਕਦੀ ਹੈ। ਇਹਨਾਂ ਵਿੱਚ ਇਕਬਾਲ ਸਿੰਘ ਲਾਲਪੁਰਾ, ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਪ੍ਰਮੁੱਖ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾ ਤਰਜੀਹ ਦੇ ਰਹੇ ਨੇ ਇਸ ਗੱਲ ਦੇ ਉਤੇ ਤੇ ਪ੍ਰਧਾਨ ਮੰਤਰੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਬਜ਼ਾਦਿਆਂ ਦੀ ਸ਼ਹਾਦਤ ਦੇ ਹਾੜੇ ਮੌਕੇ ਨਮਨ ਕਰਨ ਨੂੰ ਚੁੱਕਿਆ ਗਿਆ ਕਦਮ ਦੇ ਤੌਰ ਤੇ ਦੇਖਿਆ ਜਾ ਰਿਹਾ ਕੌਮੀ ਰਾਜ ਧਾਰੀ ਦੇ ਵਿੱਚ ਜ਼ਿਕਰ ਪ੍ਰਧਾਨ ਮੰਤਰੀ ਤੇ ਕੌਮੀ ਲੀਡਰਸ਼ਿਪ ਦੀ ਅਗਵਾਈ ਹੇਠ ਛੋਟੇ ਸਹਬਜ਼ਾਦਿਆਂ ਨੂੰ ਸ਼ਰਾਂਝਲੀ ਦਿੱਤੀ ਗਈ ਤਾਂ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਆਗੂਆਂ ਨੇ ਫਤੇਗੜ ਸਾਹਿਬ ਦੇ ਵਿੱਚ ਪਹੁੰਚ ਕੇ ਮੱਥਾ ਵੀ ਟੇਕਿਆ ਪਾਰਟੀ ਦੀ ਕੌਮੀ ਲੀਡਰਸ਼ਿਪ ਦੇ ਵੱਲੋਂ ਸੂਬਾਈ ਲੀਡਰਸ਼ਿਪ ਨੂੰ ਸਿੱਖਾ ਤੇ ਭਾਜਪਾ ਦਰਮਿਆਨ ਪਾੜਾ ਖਤਮ ਕਰਕੇ ਪਿੰਡਾਂ ਤੱਕ ਪਹੁੰਚ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਨੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਸਿੱਖਾਂਗੇ ਬੀਜੇਪੀ ਦੇ ਵੱਲੋਂ ਸ਼ੈਰੀ ਖੇਤਰ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵਾਰ ਚੰਗੀਆਂ ਵੋਟਾਂ ਹਾਸਲ ਕੀਤੀਆਂ ਗਈਆਂ ਜਿੱਤ ਵੀ ਕਈ ਵਾਰ ਹਾਸਲ ਕੀਤੀ ਗਈ ਆ ਪਰ ਪਿੰਡੂ ਖੇਤਰ ਦੇ ਵਿੱਚ ਪੈਰ ਪਸਾਰਨ ਤੋਂ ਭਾਜੀਪੀ ਇਕੱਲੇ ਤੌਰ ਦੇ ਉੱਤੇ ਹੁਣ ਤੱਕ ਅਸਮਰਥ ਰਹੀ ਆ ਸੋ ਜਿਹੜੇ ਕਿ ਕਾਂਗਰਸ ਦੇ ਵਿੱਚੋਂ ਨੇਤਾ ਲੰਘੇ ਵੇਲੇ ਦੇ ਵਿੱਚ ਗਏ ਆ ਉਹ ਹੈਗੇ ਬਹੁਤੇ ਹਾਰੇ ਹੋਏ ਕੋਈ ਵਿਧਾਨ ਸਭਾ ਦੀ ਚੋਣ ਹਾਰਿਆ ਕੋਈ ਲੋਕ ਸਭਾ ਦੀ ਹਾਰਿਆ ਕੋਈ ਸਾਬਕਾ ਚੇਅਰਮੈਨ ਕੋਈ ਸਾਬਕਾ ਵ代ਕਾ ਕੋਈ ਸਾਬਕਾ ਰਾਇਸ ਮੈਂਬਰ ਕੋਈ ਸਾਬਕਾ ਮੰਤਰੀ ਆ ਇਹਨਾਂ ਹਾਰੇ ਹੋਏ ਮੰਤਰੀਆਂ ਇਹਨਾਂ ਹਾਰੇ ਹੋਏ ਕਾਂਗਰਸੀ ਆਗੂਆਂ ਦੇ ਨਾਲ ਬੀਜੇਪੀ ਕਿੰਨੀ ਕੁ ਲੰਮੀ ਪੰਜਾਬ ਦੇ ਵਿੱਚ ਉਡਾਣ ਭਰ ਸਕੂ ਇਹ ਵਕਤ ਬਿਆਨ ਕਰੂਗਾ ਉਸ ਤੋਂ ਅਗਲੀ ਗੱਲ ਇਹ ਆ ਵੀ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਵੀ ਕਿਹਨੂੰ ਵੋਟ ਪਾਉਣੀ ਕਿਹਨੂੰ ਨਹੀਂ ਪਾਉਣੀ ਜੇ ਬੀਜੇਪੀ ਪੰਜਾਬ ਦੇ ਲੋਕਾਂ ਦੇ ਲਈ ਸਿੱਖਾਂ ਦੇ ਲਈ ਇੱਕ ਚੰਗਾ ਏਜੰਡਾ ਪੇਸ਼ ਕਰੂਗੀ ਤੇ ਪੰਜਾਬ ਦੇ ਲੋਕਾਂ ਨੂੰ ਖੁਸ਼ਹਾਲੀ ਤੱਕ ਲੈ ਕੇ ਜਾਊਗੀ ਤੇ ਪੰਜਾਬ ਦੀਆਂ ਲੋਕਾਂ ਦੀਆਂ ਆਸਾਂ ਨੂੰ ਮੂਰ ਲਾਊਗੀ ਪੰਜਾਬ ਦੇ ਲੋਕ ਬੀਜੇਪੀ ਨੂੰ ਵੀ ਵੋਟ ਪਾ ਦੇਣਗੇ ਪਰ ਗੱਲ ਇਹ ਵੀ ਤਰਕ ਦੀ ਆ ਪੰਜਾਬ ਦੇ ਲੋਕ ਹੁਣ ਤਰਕ ਦੇ ਨਾਲ ਗੱਲ ਕਰਨੀ ਚਾਹਣਗੇ ਉਹ ਭਾਵੇਂ ਆਪ ਆ ਕਿਉਂਕਿ ਪੰਜਾਬ ਦੇ ਕਈ ਲੋਕ ਠੱਗੇ ਠੱਗੇ ਵੀ ਮਹਿਸੂਸ ਕਰਦੇ ਆ ਉਹ ਭਾਵੇਂ ਕਾਂਗਰਸ ਆ ਮੌਕਾ ਦੇ ਕੇ ਦੇਖਿਆ ਉਹ ਭਾਵੇਂ ਅਕਾਲੀ ਦਲ ਆ ਦੋ ਵਾਰ ਲਗਾਤਾਰ ਜਿੱਤਾਂ ਕੇ ਦੇਖਿਆ ਉਹ ਭਾਵੇਂ ਭਾਜਪਾ ਕੇਂਦਰ ਦੇ ਵਿੱਚ ਸਰਕਾਰ ਆ ਸੋ ਇਸ ਕਰਕੇ ਲੋਕ ਦੇਖਣਗੇ ਵੀ ਭਾਈ ਕਿਹਨੂੰ ਵੋਟ ਕਾਉ ਤੇ ਕਿਵੇਂ ਪਾਈਗੇ ਤੇ ਸਾਡੇ ਮਸਲੇ ਕਦੋਂ ਤੇ ਕਿਵੇਂ ਹੱਲ ਹੁੰਦੇ ਆ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਆ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆਗਿਆ ਦਿਓ ਬਹੁਤ ਬਹੁਤ ਮਿਹਰਬਾਨੀ